मेरे सदगुरु कौन कहता है तेरे दर पर मांगने वाला गरीब होता है जो तेरे दर तक पहुंच जाए वो सबसे ज्यादा खुश नसीब होता है आप सभी दर्शकों को राधा स्वामी देखिए सवाल जवाब का ये छोटा सा वीडियो पूरे वीडियो का लिंक हमने आपको नीचे डिस्क्रिप्शन में दिया है राधा स्वामी बाबा जी अगले हफ्ते मेरे माता जी ने बरस होने चढ़ाई की थी ਤੇ ਜੋ ਮੇਰੇ ਜੀਵਨ ਦਾ ਇੱਕ ਟਰਨਿੰਗ ਪੁਆਇੰਟ ਸੀਗਾ ਕੁਝ ਪਤਾ ਲੱਗਿਆ ਕਿ ਉਹਨਾਂ ਨੇ ਬਿਮਾਰ ਸਨ ਤੇ ਸਾਨੂੰ ਜਾਣਾ ਪਿਆ ਦੇਖਣ ਉਹਨਾਂ ਨੂੰ ਜਿਸ ਵੇਲੇ ਵੇਖਿਆ ਤੇ ਉਹਨਾਂ ਦੇ ਚੜ੍ਹਾਈ ਕਰਨ ਦਾ ਟਾਈਮ ਆਇਆ ਤੇ ਉਹਨਾਂ ਨੇ ਕਮਰੇ ਵਿੱਚ ਸਾਰੇ ਨੂੰ ਕੱਢ ਦਿੱਤਾ ਕਹਿੰਦੇ ਨੇ ਹਜ਼ੂਰ ਮਹਾਰਾਜ ਜੀ ਆ ਗਏ ਹਨ ਲੇਕਿਨ ਉਹਨਾਂ ਨੇ ਮਾਤਾ ਜੀ ਨੇ ਉੱਠ ਕੇ ਬਿਸਤਰੇ ਦੇ ਡੰਡੌਤ ਕੀਤੀ ਡੰਡੌਤ ਕਰਕੇ ਪਿੱਛੇ ਨੂੰ ਹੋਏ ਪਿੱਛੇ ਹੋ ਕੇ ਦੋ ਵਾਰੀ ਸਿਰ ਪਿੱਛੇ ਕੀਤਾ ਤੇ ਚੜਾਈ ਕਰਕੇ ਅੱਖਾਂ ਉੱਪਰ ਕਰਕੇ ਉਹ ਇੱਕ ਉਸ ਵੇਲੇ ਤੋਂ ਹੀ ਜੋ ਮੈਂ ਮਾਹੌਲ ਦੇਖਿਆ ਵਾਸ ਸਮਥਿੰਗ ਦੈ ਆਈ ਊਲ ਨੈਵਰ ਐਵਰ ਹਵ ਥੋਟ ਜਿਵੇਂ ਸੋਚਦਾ ਸੀ ਕਿ ਇਹ ਚੀਜ਼ ਮੈਂ ਵਿਟਨਸ ਕਰ ਸਕਦਾ ਹਾਂ ਆਫ ਮਾਈ ਓਨ ਮਦਰ ਉਸ ਤੋਂ ਬਾਅਦ 40 ਸਾਲ ਬਾਅਦ ਬਾਬਾ ਜੀ ਦਾਸ ਵਿੱਚ ਅਨੇਕ ਅਤਰੁਟੀਆਂ ਹਨ ਕਮੀਆਂ ਹਨ ਪੇਸ਼ੀਆਂ ਹਨ ਔਰ ਜੋ ਆਪ ਜੀ ਨੇ ਪਿਆਰ ਦਿੱਤਾ ਹੈ ਔਰ ਦਿੰਦੇ ਪਏ ਹੋ ਮੇਰੀ ਇਹ ਹੀ ਬੇਨਤੀ ਹੈ ਆਪ ਜੀ ਆ ਕੇ ਕਿ ਇਸ ਰਹੀ ਹਮੇਸ਼ਾ ਰੱਖਣਾ ਭਾਈ ਸਾਹਿਬ ਦੇਖੋ ਜੋ ਵੀ ਇਨਸਾਨ ਕਰਦਾ ਹੈ ਨਾ ਆਪਾਂ ਕਈ ਵਾਰੀ ਦੂਜਿਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਂਦੇ ਆ ਮਗਰ ਸ਼ੁਰੂਆਤ ਤਾਂ ਸਾਡੇ ਖੁਦ ਤੋਂ ਹੋਊਗੀ ਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮੇਰੀ ਜੇਬ 'ਚ 100 ਰੁਪਏ ਹੈ ਤਾਂ ਮੈਂ ਦੂਜੇ ਨੂੰ 90 ਦੇ ਸਕਦਾ ਜੋ ਮੇਰੇ ਕੋਲ ਹੈ ਨਹੀਂ ਮੈਂ ਦੇ ਨਹੀਂ ਸਕਦਾ ਜੇ ਮੇਰੇ ਅੰਦਰ ਮਨ ਦਾ ਚੈਨ ਹੈਗਾ ਮੇਰੇ ਅੰਦਰ ਸ਼ਾਂਤੀ ਹੈ ਤਾਂ ਆਪਣੇ ਆਪ ਮੇਰੀ ਕਰਨੀ ਵਿੱਚ ਉਹ ਜ਼ਾਹਿਰ ਹੋਊਗੀ ਤਾਂ ਜੇ ਮੇਰੇ ਮਨ ਵਿੱਚ ਉਤਾਵਲਾਪਨ ਹੈਗਾ ਮੈਂ ਰੋਜ਼ ਆਪਣੇ ਮਨ ਦੇ ਨਾਲ ਲੜ ਰਿਹਾ ਹਾਂ ਤਾਂ ਫਿਰ ਦੂਜਿਆਂ ਨਾਲ ਵੀ ਮੈਂ ਉਹੀ ਸ਼ੇਅਰ ਕਰੂੰਗਾ ਸੋ ਸ਼ੁਰੂਆਤ ਆਪਾਂ ਆਪਣੇ ਤੋਂ ਕਰਨੀ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਉਹ ਆਪਣੇ ਆਪ ਸਾਡੀ ਕਰਨੀ ਵਿੱਚ ਜੋ ਵੀ ਆਪਾਂ ਕਦਮ ਚੁੱਕਦੇ ਆਂ ਜੋ ਵੀ ਕਰਦੇ ਆਂ ਉਹਦੇ ਵਿੱਚ ਆਪਣੇ ਆਪ ਰਿਫਲੈਕਟ ਹੁੰਦੀ ਹੈ ਤੁਸੀਂ ਆਪਣੇ ਮਾਤਾ ਜੀ ਦਾ ਖੁਦ ਦੱਸਿਆ ਹੈਗਾ ਸੋ ਬੇਟਾ ਪਹਿਲੇ ਜ਼ਮਾਨੇ ਵਿੱਚ ਨਾ ਜਿੰਨੀਆਂ ਵੀ ਆਤਮਾਵਾਂ ਸੀ ਬੜੀਆਂ ਸਿੰਪਲ ਸ਼ੁੱਧ ਇਹ ਅੱਜ ਵਕਤ ਸਾਡਾ ਦਿਮਾਗ ਕੋਈ ਜ਼ਿਆਦਾ ਹੀ ਚੱਲਣ ਲੱਗ ਪਿਆ ਉਹਦੇ ਨਾਲ ਸਗੋਂ ਆਪਾਂ ਜ਼ਿੰਦਗੀ ਨੂੰ ਕੰਪਲੀਕੇਟ ਕਰਤਾ ਸਮਝ ਨਹੀਂ ਜ਼ਿਆਦਾ ਔਰ ਜਿਸਨੂੰ ਜ਼ਿਕਰ ਆਮ ਦੀ ਗੱਲ ਹੈ ਨਾ ਬੇਟਾ ਮਾਲਕ ਪੱਖਪਾਤ ਨਹੀਂ ਕਰਦਾ ਮਾਲਕ ਸਾਰਿਆਂ ਨੂੰ ਲੈਣ ਵਾਸਤੇ ਆਉਂਦਾ ਫਰਕ ਕਿੱਥੇ ਹੁੰਦਾ ਹੈ ਪਹਿਚਾਣ ਜਿਨੇ ਦਾ ਜੀਤੇ ਜਿੰਦੇ ਜੀ ਰਿਸ਼ਤਾ ਜੋੜ ਲਿਆ ਉਹਦਾ ਪਹਿਚਾਨ ਲੈਂਦਾ ਹੈਗਾ ਔਰ ਜਿਨੇ ਰਿਸ਼ਤਾ ਹੀ ਨਹੀਂ ਜੋੜਿਆ ਉਹਨੂੰ ਤਾਂ ਪਤਾ ਹੀ ਨਹੀਂ ਕਿ ਕੌਣ ਆਇਆ ਅਸੇਨਾ ਫਰਕ ਇਹ ਨਹੀਂ ਕਿ ਮਾਲਕ ਚੰਦ ਵਾਸਤੇ ਆਊਗਾ ਤਾਂ ਦੂਜਿਆਂ ਵਾਸਤੇ ਨਹੀਂ ਆਊਗਾ ਉਹਨਾਂ ਦਾ ਸਾਰਿਆਂ ਵਾਸਤੇ ਆਣਾ ਮਗਰ ਪਹਿਚਾਨ ਤਾਂ ਹੋਣੀ ਚਾਹੀਦੀ ਹੈ ਨਾ ਹਾਂਜੀ ਬਸ ਇੰਨਾ ਫਰਕ ਖਬਰوں سے ਜੁੜੀ اپਡੇਟ जानने के लिए आप बने रहिए सिटी वेब के साथ